ਕਿੰਨਾ ਚਿਰ ਹੋ ਗਿਆ ਪੁੱਤ ਗਾਣੇ ਮੈਨੂੰ 4-5 ਸਾਲ ਹੋ ਗਏ ਨੇ ਗਾਂਦੇ ਨੂੰ ਹੋ ਬਾਵਾ ਮਿੱਟੀ ਤਾਂ ਬਣਾਉਣੀ ਆ ਹੋ ਬਾਵਾ ਮਿੱਟੀ ਤਾਂ ਬਣਾਉਣੀ ਆ ਵੇ ਉਹਨੂੰ ਤੇਰੀ ਪੱਗ ਬਣ ਕੇ ਉਹ ਦੁੱਖ ਦਿਲ ਦਾ ਸੁਣਾਉਣੀ ਆ ਉਹ ਦੁੱਖ ਦਿਲ ਦਾ ਸੁਣਾਉਣੀ ਆ ਮੈਨੂੰ ਮੇਰੇ ਮੰਮਾ ਪਾਪਾ ਤੋਂ ਇੰਸਪੀਰੇਸ਼ਨ ਮਿਲੀ ਸੀਗੀ ਗਾਉਣ ਦੀ ਕਿਉਂਕਿ ਮੇਰੇ ਫਾਦਰ ਮਦਰ ਨੂੰ ਹੀ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਸਿੰਗਿੰਗ ਹੀ ਕਰਾਂ ਅਤੇ ਉਹਨਾਂ ਤੋਂ ਹੀ ਮੈਨੂੰ ਸ਼ੌਂਕ ਆਇਆ ਕਿ ਮੈਂ ਸਿੰਗਿੰਗ ਕਰਾਂ ਪਰਿਵਾਰ 'ਚ ਵੈਸੇ ਤਾਂ ਸਾਡੀ ਜੁਆਇੰਟ ਫੈਮਿਲੀ ਆ ਲੇਕਿਨ ਮੈਂ ਮੰਮਾ ਅਤੇ ਬ੍ਰਦਰ ਆ ਛੋਟਾ ਕੀ ਸੋਚਿਆ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਇੱਕ ਕਲਾਕਾਰ ਸਿੰਗਰ ਬਣਨਾ ਚਾਹੁੰਦੇ ਹਾਂ ਮੈਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਇੰਨਾ ਕੁਛ ਅਫੋਰਡ ਨਹੀਂ ਕਰ ਸਕਦੇ ਕਿਸੇ ਚੰਗੇ ਪਲੈਟਫਾਰਮ 'ਤੇ ਜਾਣ ਵਾਸਤੇ ਮੇਰੇ ਜਿੰਨੇ ਵੀ ਵੀਰ ਦੇਖ ਰਹੇ ਨੇ ਕੋਈ ਨਾ ਕੋਈ ਮੇਰੀ ਹੈਲਪ ਕਰੇ ਜਾਂ ਕੋਈ ਹੈਲਪ ਨਹੀਂ ਕਰ ਸਕਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਕਿ ਕੋਈ ਐਸੇ ਪਰਸਨ ਦੇ ਹੱਥ 'ਚ ਪਹੁੰਚ ਜਾਵੇ ਕਿ ਜਿਹੜਾ ਮੇਰੀ ਮਦਦ ਕਰ ਸਕੇ ਕਿ ਜੋ ਮੈਂ ਆਪਣੇ ਪੇਰੈਂਟਸ ਦਾ ਸੁਪਨਾ ਪੂਰਾ ਕਰ ਸਕਾਂ ਪ੍ਰਾਈਮ ਮੁੱਦੇ ਦੇ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸੰਦੀਪਾ ਅਤੇ ਅੱਜ ਅਸੀਂ ਪਹੁੰਚੇ ਹਾਂ ਇੱਕ ਇਹੋ ਜਿਹੀ ਸਿੰਗਰ ਕੋਲ ਜਿਹੜੀ ਅਨਮੋਲ ਹੀਰਾ ਵਾ ਅਸੀਂ ਸਮੇਂ 'ਤੇ ਇਹੋ ਜਿਹੇ ਸਿੰਗਰਾਂ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਜਿਹੜੇ ਗੁਰਬਤ ਵਿੱਚ ਵੀ ਆ ਜਿਹੜੇ ਦਿਹਾੜੀਦਾਰ ਵੀ ਕਰਦੇ ਪਏ ਆ ਲੇਕਿਨ ਅੱਜ ਜਿਹੜਾ ਅਸੀਂ ਪਹੁੰਚੇ ਹਾਂ ਇੱਕ ਅਜਿਹੇ ਅਨਮੋਲ ਹੀਰੇ ਜਿਹਨੂੰ ਮਾਂ ਸੱਸ ਵੀ ਦੇਣ ਆ ਬੜਾ ਸੋਹਣਾ ਗਾਲਾਂ ਬੋਲਦੀ ਆ ਆਓ ਗੱਲਬਾਤ ਕਰਾਉਂਦੇ ਹਾਂ ਕੁੜੀ ਮੰਨਤ ਨਾਲ ਬੇਟਾ ਸਭ ਤੋਂ ਪਹਿਲਾਂ ਤੇਰਾ ਸਵਾਗਤ ਆ ਕੀ ਹਾਲ ਤੁਹਾਡਾ ਵਧੀਆ ਸਰ ਤੁਸੀਂ ਦੱਸੋ ਕਿਵੇਂ ਚੱਲਦਾ ਪਿਆ ਅੱਜ ਕੱਲ੍ਹ ਬਹੁਤ ਵਧੀਆ ਚੱਲਦਾ ਪਿਆ ਕਿੱਥੇ ਪੜ੍ਹਦੇ ਹੋ ਮੈਂ SS ਰਾਮਗੜੀਆ ਪਬਲਿਕ ਸਕੂਲ ਤਰਨ ਤਾਰਨ ਕਿੰਨਾ ਚਿਰ ਹੋ ਗਿਆ ਬਹੁਤ ਗਾਣੇ ਮੈਨੂੰ 4-5 ਸਾਲ ਹੋ ਗਏ ਨੇ ਗਾਉਂਦੇ ਨੂੰ ਸਾਡੇ ਦਰਸ਼ਕ ਸਭ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ ਜਿਹੜਾ ਤੁਹਾਡਾ ਮਨ ਭਾਉਂਦਾ ਗਾਣਾ ਜਿਹੜਾ ਵਧੀਆ ਬੋਲਦੇ ਹੋ ਸੁਣਾਓ ਉਸ ਤੋਂ ਬਾਅਦ ਆਪਾਂ ਇੰਟਰ ਦੀ ਅਗਾਈ ਕਰਾਂਗੇ ਹਰ ਵੇਲਾ ਹੋ ਸ਼ਾਲਾ ਮਰਨ ਨਾ ਵੀਰ ਕਿਸੇ ਦੇ ਤਾਂ ਜੋ ਜੜ ਜਾਂਦਾ ਜੇ ਮੇਲਾ ਨਾਲ ਮੈਂ ਖੇਡਣ ਗਈ ਸਾਂ ਹੱਥ ਟੁੱਟ ਗਈਆਂ ਮੇਰੀਆਂ ਵੰਗਾਂ ਹੋ ਮਾਂ ਹੁੰਦੀ ਤਾਂ ਹੋਰ ਚੜ੍ਹਾ ਦੀ ਪਿਓ ਕੋਲੋਂ ਮੰਗਦੀ ਮੈਂ ਸੰਗਾਂ ਸਿਰਾਂ ਦੇ ਤਾਜ ਮੁਹੰਮਦ ਹਾਂ ਤੇ ਮਾਵਾਂ ਠੰਡੀਆਂ ਛਾਵਾਂ ਹੋ ਬਾਵਾ ਮਿੱਟੀ ਤਾਂ ਬਣਾਉਣੀ ਹੋ ਬਾਵਾ ਮਿੱਟੀ ਤਾਂ ਬਣਾਉਣੀ ਆ ਵੇ ਉਹਨੂੰ ਤੇਰੀ ਪੱਗ ਬਣ ਕੇ ਉਹ ਦੁੱਖ ਦਿਲ ਦਾ ਸੁਣਾਉਣੀ ਆ ਹੋ ਦੁੱਖ ਦਿਲ ਦਾ ਸੁਣਾਉਣੀ ਆ ਹੋ ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਹੋ ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ ਹੋ ਮੇਰੀ ਗੱਲ ਸੁਣ ਲੈਂਦਾ ਦੁੱਖ ਆਪਣੇ ਫਰੋਲਦਾ ਹੀ ਨਹੀਂ ਹਾਂ ਦੁੱਖ ਆਪਣੇ ਫਰੋਲਦਾ ਹੀ ਨਹੀਂ
ਹੰਝੂਆਂ ਨੇ ਦੁੱਖ ਕੱਤੇ ਹੰਝੂਆਂ ਨੇ ਹਿਜਰਾ ਦਾ ਚਰਖਾ ਤੂੰ ਦੇ ਗਿਓ ਹੋ ਸਦਰਾ ਵੀਰਾਨ ਹੋਇਆ ਸਭੇ ਸ਼ਮਸ਼ਾਨ ਹੋਇਆ ਇੱਕ ਵਾਰੀ ਪਿੰਡਿਆ ਜਾ ਦੀਪ ਸਿਓ ਹੋ ਬਾਬਾ ਮਿੱਟੀ ਦਾ ਇਹ ਟੁੱਟ ਚੱਲਿਆ ਹੋ ਬਾਬਾ ਮਿੱਟੀ ਦਾ ਇਹ ਟੁੱਟ ਚੱਲਿਆ ਹੋ ਤੇਰੀਆਂ ਉਡੀਕਾ ਸੋਹਣਿਆ ਉਹ ਭੈਣਾ ਉਮਰਾਂ ਦਾ ਮੁੱਕ ਚੱਲਿਆ ਹੋ ਭੈਣਾ ਉਮਰਾਂ ਦਾ ਮੁੱਕ ਚੱਲਿਆ ਹੋ ਸੱਚ ਕਿਹਾ ਹੈ ਕਿਸੇ ਨੇ ਮਾਵਾਂ ਤੋਂ ਬਗੈਰ ਜਿਹੜਾ ਪਰਿਵਾਰ ਦਾ ਜਾਂ ਘਰ ਸੁਣਨਾ ਹੋ ਜਾਂਦਾ ਵਾ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਕਿਸੇ ਗੀਤਕਾਰ ਨੇ ਬੜਾ ਸੋਹਣਾ ਬੋਲਿਆ ਜੀ ਤਾਂ ਗੱਲ ਆਗਾਜ਼ ਸ਼ੁਰੂ ਕਰਦੇ ਹਾਂ ਹੋਰ ਦੁਬਾਰਾ ਗੱਲਬਾਤ ਕਰਦੇ ਮੰਨਤ ਨਾਲ ਮੰਨਤ ਕਿੱਥੋਂ ਪ੍ਰੇਰਣਾ ਮਿਲੀ ਇਹ ਗਾਣੇ ਬੋਲਣ ਮੈਨੂੰ ਮੇਰੇ ਮੰਮਾ ਪਾਪਾ ਤੋਂ ਇੰਸਪੀਰੇਸ਼ਨ ਮਿਲੀ ਸੀਗੀ ਗਾਉਣ ਦੀ ਕਿਉਂਕਿ ਮੇਰੇ ਫਾਦਰ ਮਦਰ ਨੂੰ ਹੀ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਸਿੰਗਿੰਗ ਹੀ ਕਰਾਂ ਅਤੇ ਉਹਨਾਂ ਤੋਂ ਹੀ ਮੈਨੂੰ ਸ਼ੌਂਕ ਆਇਆ ਕਿ ਮੈਂ ਸਿੰਗਿੰਗ ਕਰਾਂ ਸਾਨੂੰ ਇਹ ਵੀ ਪਤਾ ਲੱਗਾ ਸੀ ਤੁਸੀਂ ਇੱਕ ਜਿਹੜਾ ਸਟੇਜ ਸ਼ੋਅ ਹੁੰਦਾ ਕਿਸਮੇ ਕਿਤਨਾ ਹੁੰਦਾ ਉਹ 'ਤੇ ਵੀ ਤੁਸੀਂ ਪਾਰਟੀਸਪੇਟ ਕੀਤਾ ਸੀ ਹਾਂਜੀ ਮੈਂ ਉਹਦੇ 'ਤੇ ਪਾਰਟੀਸਪੇਟ ਕੀਤਾ ਸੀ ਅਤੇ ਉਹਦੇ ਵਿੱਚ ਮੈਂ ਫਸਟ ਰਨਰ ਅਪ ਰਹੀ ਸੀਗੀ ਹਾਂਜੀ ਫਿਰ ਕਿਸ ਤਰ੍ਹਾਂ ਤਿਆਰੀ ਚੱਲਦੀ ਪਈ ਹਾਂਜੀ ਵਧੀਆ ਤਿਆਰੀ ਚੱਲ ਰਹੀ ਹੈ ਹਾਂਜੀ ਉਹ ਵੈਸੇ ਫਿਲਹਾਲ ਲੋਕਲ ਕੰਪੀਟੀਸ਼ਨ ਹੁੰਦੇ ਨੇ ਜਾਂ ਫਿਰ ਅੰਮ੍ਰਿਤਸਰ ਹੋ ਗਏ ਜਾਂ ਹੋਰ ਸਿਟੀਜ਼ 'ਚ ਹੁੰਦੇ ਨੇ ਉਹਦੇ 'ਤੇ ਕੰਪੀਟੀਸ਼ਨ 'ਚ ਹਿੱਸਾ ਲਈਦਾ ਆ ਅਤੇ ਜਿੱਤ ਕੇ ਆਈਦਾ ਆ ਪਰਿਵਾਰ ਦੀ ਗੱਲ ਕੀਤੀ ਤਾਂ ਪਰਿਵਾਰ 'ਚ ਆਪਣੇ ਕੌਣ ਕੌਣ ਬੇਟਾ ਪਰਿਵਾਰ 'ਚ ਵੈਸੇ ਤਾਂ ਸਾਡੀ ਜੁਆਇੰਟ ਫੈਮਿਲੀ ਆ ਲੇਕਿਨ ਮੈਂ ਮੰਮਾ ਅਤੇ ਬ੍ਰਦਰ ਆ ਛੋਟਾ ਹਾਂਜੀ ਵੱਡੇ ਪਲੇਟਫਾਰਮ 'ਤੇ ਕਿਤੇ ਗਾਉਣ ਦਾ ਮੌਕਾ ਮਿਲਿਆ ਲੇਕਿਨ ਨਹੀਂ ਹਜੇ ਫਿਲਹਾਲ ਨਹੀਂ ਜਾਵਾਂਗੇ ਹਜੇ ਗਏ ਨਹੀਂ ਹਜੇ ਕਿਹਨੂੰ ਕਿਹਦੇ ਕੋਲ ਗਾਣਾ ਜਿਹੜਾ ਜਿਹੜਾ ਤੈਨੂੰ ਚੰਗਾ ਲੱਗਦਾ ਜਿਹੜਾ ਗਾਣਾ ਵੀ ਜਿਹੜਾ ਇਹ ਸਿੰਗਰ ਗਾਣਾ ਬਹੁਤ ਵਧੀਆ ਬੋਲਦਾ ਵਾ ਸਰ ਕਮਲ ਖਾਨ ਸਰ ਕਮਲ ਖਾਨ ਦਾ ਗਾਣਾ ਸੁਣਾਓਗੇ ਕੋਈ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਹੋਮੀ ਮੇਰੀ ਹੋਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿੰਦਿਆ ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਏ ਮੈਂ ਕੋਈ ਰਿਸ ਨੀ ਠੰਡੀ ਛਾਦੀ ਜਾਨੀ ਖੈਰ ਮੰਗੇ ਹਰ ਸਾਦੀ ਜਾਨੀ ਰੱਬ ਵੀ ਪੂਰੀ ਕਰਨਾ ਪਾਵੇ ਕਮੀ ਕਦੇ ਵੀ ਮਾਂ ਦੀ ਜਾਨੀ ਕੋਈ ਰੀਸ ਨੀ ਠੰਡੀ ਛਾਦੀ ਜਾਨੀ ਖੈਰ ਮੰਗੇ ਹਰ ਸਾਦੀ ਜਾਨੀ ਰੱਬ ਵੀ ਪੂਰੀ ਕਰਨਾ ਪਾਵੇ ਕਮੀ ਕਦੇ ਵੀ ਮਾਂ ਦੀ ਜਾਨੀ ਉੱਠ ਗਿਆ ਮੇਰਾ ਉੱਤੇ ਯਕੀਨ ਮੇਰੇ ਰੱਬ ਤੋਂ ਰੱਬ ਦਾ ਵਿਦ ਕਦੇ ਤੋੜਨਾ ਏ ਮੈਂ ਹੋਮੀ ਮੇਰੀ ਹੋਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਕੋਈ ਉਸਤਾਦ ਧਾਰਿਆ ਕਿ ਕਿਸ ਤਰ੍ਹਾਂ ਨਹੀਂ ਉਸਤਾਦ ਜੀ ਹੈਗੇ ਨੇ ਜਰਨੈਲ ਸਿੰਘ ਜੀ ਹਾਂਜੀ ਕੀ ਸੋਚਿਆ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ
एक कलाकार सिंगर बनना चाहते हाँ ऊंचाइया छूनिया चाहते हो पर चाहिए वाला प्लेटफॉर्म कोई कोई हाँ जी हजे नहीं कोई रियाज जा रही है रियाज जा रही है मम्मी डैडी फिर पूरा साथ दे हाँ जी पेरेंट्स की फुल सपोर्ट है स्कूल वालों स्कूल की भी सपोर्ट ने मैं देखा तो काफ़ी शील्डा शूल्डा जित हाँ जी गाँव पाँच साल हो गए ने मैं गाँवी हाँ जी हाँ जी और कोई पंजाबी सिंगर कोई जरा जिन्हों आप साढ़े दर्शकों ने दस दिए भी जायो कि ना क्योंकि मन्नत को बहुत ज़्यादा हुनर आ बड़े सोहने गीत बोलती पई असं तुम होर चार बार गल सुनाने मन्नत को वधिया जा गाना पंजाबी गाना जे कोई जोगी उतर पहाड़ों आया चरखे दी कूक सुन के जिंद मेरी चरखे दी कूक सुन के जिंद मेरी जिंद मेरी जिंद मेरी जिंद मेरी जिंद मेरी असी कर ली नौकरी तेरी हाय असी कर ली नौकरी तेरी हे तो मेरा रब जानदा है जिंद मेरी हे तो मेरा रब जानदा जिंद मेरी हो जिंद मेरी जिंद मेरी जिंद मेरी मन्नत की कहना चाहोगे साढ़े स्रोतियाँ जो दर्शक तुम प्राइम उद्दे चैनल सर दर्शक तुम वेख रहे हैं कि उन्होंने कहना चाहोगे मैं सारे देख रहे दर्शकों यो अपील करना चाहती हाँ कि असी इन्ना कुछ अफोर्ड नहीं कर सकते किसी चंगे प्लेटफॉर्म पर जाने वास्ते मेरे जिन्हें भी वीर देख रहे ने कोई ना कोई मेरी हेल्प करे जा कोई हेल्प नहीं कर सकता तो वीडियो नू वध तो वध शेयर करे कि कोई ऐसे परसन के हाथ पहुँच जाए कि जिहड़ा मेरी मदद कर सके कि जो मैं अपने पेरेंट्स का सुपना पूरा कर सकाँ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਸਾਡੇ ਪ੍ਰਾਈਮ ਉਹਦੇ ਦਰਸ਼ਕ ਪ੍ਰਾਈਮ ਉਹਦੇ ਚੈਨਲ ਜਿਹੜੇ ਦਰਸ਼ਕ ਜੁੜੇ ਆ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਵੀ ਇਸ ਬੇਟੀ ਦਾ ਸੁਪਨਾ ਵਾ ਵੀ ਮੈਂ ਇੱਕ ਚੰਗੇ ਪਲੇਟਫਾਰਮ ਜਾ ਕੇ ਇੱਕ ਚੰਗੇ ਪਲੇਟਫਾਰਮ ਜਾ ਕੇ ਗਾਵਾਂ ਅਤੇ ਆਪਣੇ ਮਾਂ ਦਾ ਸੁਪਨਾ ਪੂਰਾ ਕਰਾਂ ਇਹ ਅਨਮੋਲ ਹੀਰੇ ਜਿਹੜੇ ਕਿ ਲੁਕੇ ਪਏ ਨੇ ਸਾਡਾ ਦਰਸ਼ ਸਾਡਾ ਜਿਹੜਾ ਚੈਨਲ ਆ ਇਹਨਾਂ ਹੀਰਿਆਂ ਨੂੰ ਲੱਭ ਕੇ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਪੇਸ਼ ਕਰਦਾ ਪਿਆ ਵਾ ਤਾਂ ਜੋ ਇਹਨਾਂ ਦੇ ਬੱਚਿਆਂ ਦਾ ਜਿਹੜਾ ਭਵਿੱਖ ਆ ਇੱਕ ਵਧੀਆ ਹੋ ਸਕੇ ਧੀਆਂ ਵਾ ਧੀਆਂ ਦਾ ਸਤਿਕਾਰ ਕਰੋ ਧੀਆਂ ਨਾਲ ਪਿਆਰ ਕਰੋ ਇਸ ਜਿੱਥੇ ਅੱਜ ਕੱਲ੍ਹ ਬੱਚੇ ਜਿੱਥੇ ਅੱਜ ਕੱਲ੍ਹ ਮਾਂ ਪਿਓ ਕਈ ਮਾਂ ਇਹੋ ਜਿਹੇ ਮਾਂ ਪਿਓ ਦੇ ਧੀਆਂ ਨੂੰ ਕੁੱਖਾਂ 'ਚ ਮਾਰ ਦਿੰਦੇ ਆ ਲੇਕਿਨ ਜਿਹੜੀ ਇਹ ਮੰਨਤ ਵਰਗੀ ਧੀ ਆ ਜਿਹਨੇ ਆਪਣੇ ਮਾਂ ਦਾ ਇੱਕ ਸਿਰ ਉੱਚਾ ਕਰਤਾ ਵਾ ਇੱਕ ਵਧੀਆ ਗਾਣੇ ਬੋਲ ਕੇ ਲੇਕਿਨ ਇਹਦਾ ਸੁਪਨਾ ਇੱਕ ਹੋਰ ਆ ਕਿ ਮੈਂ ਇੱਕ ਚੰਗੇ ਪਲੇਟਫਾਰਮ ਜਾਵਾਂ ਉਹ ਸੁਪਨਾ ਪੂਰਾ ਕਰਨਾ ਤੁਸੀਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਅਪੀਲ ਕਰਦੇ ਹਾਂ ਵੀ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਤਾਂ ਜੋ ਇਸ ਮੰਨਤ ਵਰਗੀਆਂ ਲੜਕੀਆਂ ਦਾ ਜਿਹੜਾ ਸੁਪਨਾ ਪੂਰਾ ਹੋ ਸਕੇ ਅਤੇ ਇਹ ਆਪਣੇ ਚੰਗੇ ਪਲੇਟਫਾਰਮ 'ਤੇ ਪਹੁੰਚ ਸਕਣ ਤੁਸੀਂ ਦੇ ਦਿਓ ਪ੍ਰਾਈਮ ਉਹਦੇ ਚੈਨਲ ਮੈਂ ਹਾਂ ਕੁਲਦੀਪ ਸੰਦੀਪਾ ਤਰਨ ਤਾਰਨ